ਤਰੀਖ ਦਾ ਕੋਈ ਧਰਮ ਨਹੀਂ ਹੁੰਦਾ ਪਰ ਅੰਗਰੇਜ਼ ਕਲੋਨੀ ਗੀਰਾਂ ਨੇ ਤਰੀਖ ਨੂੰ ਮਜ਼ਹਬ ਨਾਲ ਜੋੜ ਕੇ ਜਿਹੜੇ ਭੁਲੇਖੇ ਪਾਏ ਉਹ ਅੱਜ ਤੱਕ ਚਲੇ ਆ ਰਹੇ ਨੇ ਜਿਹਦੀ ਸਭ ਤੋਂ ਵੱਡੀ ਮਿਸਾਲ ਸਾਡੇ ਇੱਥੇ ਤਰੀਖ ਅਤੇ ਸਕੂਲਾਂ ਕਾਲਜਾਂ ਦੀਆਂ ਕਿਤਾਬਾਂ ਨੇ ਅੰਗਰੇਜ਼ ਕਲੋਨੀ ਗੀਰਾਂ ਦੇ ਵੇਲੇ ਜੇਮਸ ਮਿਲ ਉਹ ਪਹਿਲਾ ਬੰਦਾ ਸੀ ਜਿਹਨੇ 1817 ਵਿੱਚ ਆਪਣੀ 3 ਜਿਲਦਾਂ 'ਚ ਛਪਣ ਵਾਲੀ ਕਿਤਾਬ ਦ ਹਿਸਟਰੀ ਆਫ ਬ੍ਰਿਟਿਸ਼ ਇੰਡੀਆ 'ਚ ਪਹਿਲੀ ਦਫ਼ਾ ਤਰੀਖ ਦੀ ਧਰਮੀ ਵੰਡ ਕੀਤੀ ਵੇਖਣ ਵਾਲੀ ਗੱਲ ਹੈ ਕਿ ਉਹ ਹਿੰਦੁਸਤਾਨ ਦੀ ਤਰੀਖ ਨੂੰ ਹਿੰਦੂ ਅਤੇ ਮੁਸਲਿਮ ਦੌਰਾਂ ਦੇ ਵਿੱਚ ਵੰਡਦਾ ਹੈ ਪਰ ਜਦੋਂ ਅੰਗਰੇਜ਼ ਕਲੋਨੀ ਗੀਰਾਂ ਦੀ ਵਾਰੀ ਆਉਂਦੀ ਹੈ ਤਾਂ ਉੱਥੇ ਉਹਨੂੰ ਕ੍ਰਿਸ਼ਚਨ ਪੀਰੀਅਡ ਨਹੀਂ ਸਗੋਂ ਬ੍ਰਿਟਿਸ਼ ਪੀਰੀਅਡ ਆਖਦਾ ਹੈ ਉਹ ਮੁਸਲਮਾਨਾਂ ਤੋਂ ਪਹਿਲੇ ਸਾਰੇ ਵੇਲੇ ਨੂੰ ਹਿੰਦੂ ਪੀਰੀਅਡ ਆਖਿਆ ਜਾਂਦਾ ਜਦਕਿ ਇੱਥੇ ਹਿੰਦੂਆਂ ਤੋਂ ਅੱਡ ਜੈਨ ਮਤ ਅਤੇ ਬੁੱਧ ਮਤ ਦੇ ਮੰਨਣ ਵਾਲਿਆਂ ਦੀਆਂ ਵੀ ਹਕੂਮਤਾਂ ਰਹੀਆਂ ਨੇ ਜਿਨ੍ਹਾਂ ਨੂੰ ਉਹ ਹਿੰਦੂਆਂ ਦੇ ਖਾਤੇ ਪਾਈ ਜਾਂਦਾ ਤਰੀਖ ਦੀ ਧਰਮੀ ਵੰਡ ਹਮੇਸ਼ਾ ਹਰ ਧਰਮ ਦੇ ਇੰਤਹਾ ਪਸੰਦਾਂ ਨੂੰ ਸੁਖਾਉਂਦੀ ਹੈ ਕਿਉਂ ਜੋ ਇੰਝ ਉਹਨਾਂ ਨੂੰ ਧਰਮ ਦੇ ਨਾਂ 'ਤੇ ਲੋਕਾਂ ਵਿੱਚ ਨਫ਼ਰਤ ਪੈਦਾ ਕਰਕੇ ਆਪਣੀਆਂ ਦੁਕਾਨਾਂ ਚਲਾਉਣ ਵਿੱਚ ਸੌਖ ਮਿਲਦੀ ਹੈ ਸਾਡੇ ਇੱਥੇ ਬਹੁਤੇ ਤਰੀਖ ਲਿਖਣ ਵਾਲੇ ਅੰਗਰੇਜ਼ ਕਲੋਨੀ ਗੀਰਾਂ ਦੀਆਂ ਵਾਹੀਆਂ ਹੋਈਆਂ ਲੀਕਾਂ 'ਤੇ ਟੁਰਦੇ ਰਹੇ ਨੇ ਸ਼ਹਾਬੂਦੀਨ ਗੋਰੀ ਨੇ 1175 ਵਿੱਚ ਮੁਲਤਾਨ 'ਤੇ ਕਬਜ਼ਾ ਕੀਤਾ ਜਦੋਂ ਉੱਥੇ ਕ੍ਰਾਂਤੀਆਂ ਦੀ ਹਕੂਮਤ ਸੀ ਜਿਹੜੇ ਮੁਸਲਮਾਨ ਸਨ 1186 ਵਿੱਚ ਇਹਨੇ ਲਾਹੌਰ 'ਤੇ ਕਬਜ਼ਾ ਕੀਤਾ ਜਿੱਥੇ ਉਸ ਵੇਲੇ ਗਜ਼ਨਵੀ ਖਾਨਦਾਨ ਦੇ ਖੁਸਰੋ ਮਲਕ ਦੀ ਹਕੂਮਤ ਸੀ ਜਿਹਨੂੰ ਆਪਣੇ ਨਾਲ ਕੈਦੀ ਬਣਾ ਕੇ ਆਪਣੇ ਇਲਾਕੇ 'ਚ ਲੈ ਗਿਆ ਅਤੇ ਉੱਥੇ ਇੱਕ ਕਿਲ੍ਹੇ 'ਚ ਹੀ ਉਹਦੀ ਮੌਤ ਹੋਈ ਸ਼ਹਾਬੂਦੀਨ ਗੋਰੀ ਨੇ ਇਸਲਾਮ ਦੀ ਖਿਦਮਤ ਲਈ ਖੁਸਰੋ ਮਲਕ ਦੇ ਖਿਲਾਫ਼ ਉਸ ਵੇਲੇ ਦੇ ਸਿਆਲਕੋਟ ਅਤੇ ਜੰਮੂ ਦੇ ਹਿੰਦੂ ਰਾਜਿਆਂ ਚੱਕਰਦੇਵ ਅਤੇ ਵਿਜੇ ਦੇਵ ਨਾਲ ਇਤਿਹਾਦ ਕੀਤਾ ਜਦਕਿ ਖੁਸਰੋ ਮਲਕ ਨੇ ਗੋਰੀ ਦੇ ਸਿਆਲਕੋਟ ਦੇ ਗਵਰਨਰ ਦੇ ਖਿਲਾਫ਼ ਹਿੰਦੂ ਗੱਖੜਾਂ ਦੀ ਮਦਦ ਲਿੱਤੀ ਯਾਦ ਰਹੇ ਕਿ ਗੋਰੀਆਂ ਅਤੇ ਗਜ਼ਨਵੀਆਂ ਦੀ ਪੁਰਾਣੀ ਦੁਸ਼ਮਣੀ ਸੀ ਗਜ਼ਨੀ ਦੇ ਹਾਕਮ ਬਹਿਰਾਮ ਸ਼ਾਹ ਨੇ ਗੋਰੀ ਦੇ ਚਾਚੇ ਨੂੰ ਮਾਰਿਆ ਸੀ ਜਿਸ ਦਾ ਬਦਲਾ ਲੈਣ ਲਈ ਸ਼ਹਾਬੂਦੀਨ ਗੋਰੀ ਦੇ ਚਾਚੇ ਅਲਾਉਦੀਨ ਨੇ ਜਦੋਂ ਗਜ਼ਨੀ ਨੂੰ ਫਤਿਹ ਕੀਤਾ ਤਾਂ ਉਹਨੇ ਸ਼ਹਿਰ ਨੂੰ ਅੱਗ ਲਾ ਦਿੱਤੀ ਜਿਹੜੀ 7 ਦਿਨ ਅਤੇ 7 ਰਾਤਾਂ ਲੱਗੀ ਰਹੀ ਤਬਕਾਤੇ ਨਾਸਰੀ ਦੇ ਮੁਤਾਬਕ ਜਿੰਨੇ ਮਰਦ ਉਹਨਾਂ ਨੂੰ ਲੱਭੇ ਉਹਨਾਂ ਨੂੰ ਕਤਲ ਕਰ ਦਿੱਤਾ ਅਤੇ ਮੁਸਲਮਾਨ ਔਰਤਾਂ ਅਤੇ ਬੱਚਿਆਂ ਨੂੰ ਗੁਲਾਮ ਬਣਾ ਲਿਆ ਜਦਕਿ ਤਰੀਖੇ ਫਰਿਸ਼ਤਾ ਦੇ ਮੁਤਾਬਕ ਅਲਾਉਦੀਨ ਨੇ ਮੁਸਲਮਾਨ ਔਰਤਾਂ ਨੂੰ ਵੀ ਕਤਲ ਕਰਨ ਦਾ ਹੁਕਮ ਦਿੱਤਾ ਤਬਕਾਤੇ ਨਾਸਰੀ ਦੇ ਮੁਜਬ ਗਜ਼ਨੀ ਖਾਨਦਾਨ ਦੀਆਂ ਕਬਰਾਂ ਪੱਟ ਕੇ ਮੁਰਦਿਆਂ ਦੀਆਂ ਹੱਡੀਆਂ ਤੱਕ ਸਾੜ ਦਿੱਤੀਆਂ ਗਈਆਂ ਸਿਰਫ ਸੁਲਤਾਨ ਮਹਿਮੂਦ ਗਜ਼ਨਵੀ ਸੁਲਤਾਨ ਮਸੂਦ ਅਤੇ ਸੁਲਤਾਨ ਇਬਰਾਹੀਮ ਦੀਆਂ ਕਬਰਾਂ ਨੂੰ ਛੱਡਿਆ ਗਿਆ ਜਦੋਂ ਉਹ ਗਜ਼ਨੀ ਤੋਂ ਜਾਣ ਲੱਗੇ ਤਾਂ ਉਹਨਾਂ ਸ਼ਹਿਰ ਦੇ ਕੁਛ ਸੱਯਦਜ਼ਾਦਿਆਂ ਨੂੰ ਕੈਦੀ ਬਣਾ ਲਿਆ ਅਤੇ ਉਹਨਾਂ ਦੇ ਗਲ ਵਿੱਚ ਗਜ਼ਨੀ ਦੀ ਮਿੱਟੀ ਦੇ ਭਰੇ ਥੈਲੇ ਲਟਕਾ ਦਿੱਤੇ ਆਪਣੇ ਇਲਾਕੇ ਫਿਰੋਜ਼ੇ ਕੋਹ ਵਿੱਚ ਲਿਜਾ ਕੇ ਉਹਨਾਂ ਸੱਯਦਜ਼ਾਦਿਆਂ ਨੂੰ ਕਤਲ ਕੀਤਾ ਅਤੇ ਉਹਨਾਂ ਦੇ ਖੂਨ ਤੋਂ ਗਜ਼ਨੀ ਦੀ ਮਿੱਟੀ ਨੂੰ ਗੁਣ ਕੇ ਉਸ ਤੋਂ ਬੁਰਜ ਬਣਾਏ 15 ਮਾਰਚ 1206 ਨੂੰ ਗਜ਼ਨੀ ਵਾਪਸ ਜਾਂਦਿਆਂ ਹੋਇਆਂ ਸੁਹਾਵਾ ਜੇਲਮ ਦੇ ਨੇੜੇ ਗੋਰੀ ਨੂੰ ਕਤਲ ਕਰ ਦਿੱਤਾ ਗਿਆ ਇਹਨੂੰ ਕਤਲ ਕਰਨ ਵਾਲਿਆਂ ਬਾਰੇ ਤਰੀਖੀ ਤੌਰ 'ਤੇ ਕੁਝ ਸਹੀ ਤਰ੍ਹਾਂ ਪਤਾ ਨਹੀਂ ਚੱਲਦਾ ਕੁਝ ਲੋਕਾਂ ਦਾ ਆਖਣਾ ਹੈ ਕਿ ਇਸਮਾਈਲੀ ਮੁਸਲਮਾਨਾਂ ਨੂੰ ਕਤਲ ਕੀਤਾ ਅਤੇ ਕੁਝ ਪੰਜਾਬ ਦੇ ਗੱਖੜਾਂ ਦਾ ਨਾਂ ਲੈਂਦੇ ਨੇ ਹਿੰਦੁਸਤਾਨ ਵਿੱਚ ਆਉਣ ਵਾਲੇ ਮੁਸਲਮਾਨ ਅਤੇ ਗੈਰ ਮੁਸਲਮਾਨ ਜਿਨ੍ਹਾਂ ਨੇ ਆਪਣੇ ਸਫ਼ਰਨਾਮੇ ਜਾਂ ਕਿਤਾਬਾਂ ਉਸ ਦੌਰ ਵਿੱਚ ਲਿਖੀਆਂ ਨੇ ਉਹਨਾਂ 'ਚ ਕਿਧਰੇ ਵੀ ਇਹਨਾਂ ਦੀਆਂ ਹਕੂਮਤਾਂ ਨੂੰ ਮੁਸਲਿਮ ਦੌਰ ਨਹੀਂ ਆਖਿਆ ਗਿਆ ਸਗੋਂ ਉਹਨਾਂ ਨੇ ਇਹਨਾਂ ਨੂੰ ਇਹਨਾਂ ਦੇ ਨਸਲੀ ਜਾਂ ਖਾਨਦਾਨੀ ਨਾਵਾਂ ਤੋਂ ਲਿਖਿਆ ਜਿਵੇਂ ਇਰਾਨੀ ਅਫਗਾਨੀ ਗੋਰੀ ਗਜ਼ਨਵੀ ਵਗੈਰਾ ਸਾਡੇ ਇੱਥੇ ਸਰਕਾਰੀ ਤਰੀਖਾਂ ਪੜ੍ਹਾਉਣ ਵਾਲੇ ਅਤੇ ਇੰਤਹਾ ਪਸੰਦ ਇਹਨਾਂ ਨੂੰ ਬਦੋਬਦੀ ਮਜ਼ਹਬ ਨਾਲ ਜੋੜ ਕੇ ਲੋਕਾਂ ਨੂੰ ਕਿਰਾਏ ਪਾਉਂਦੇ ਨੇ ਜੇਕਰ ਇਹਨਾਂ ਬਾਰੇ ਸਕੂਲਾਂ ਕਾਲਜਾਂ 'ਚ ਪੜ੍ਹਾਉਣਾ ਹੈ ਬਲਕਿ ਜ਼ਰੂਰ ਪੜ੍ਹਾਉਣਾ ਚਾਹੀਦਾ ਪਰ ਤਰੀਖ ਦੀ ਸ਼ਕਲ ਵਿਗਾੜ ਕੇ ਨਹੀਂ ਝੂਠ ਮਾਰ ਕੇ ਨਹੀਂ ਮਸਲਾ ਇਹ ਵੇ ਕਿ ਅਸੀਂ ਬਾਦਸ਼ਾਹਾਂ ਦੀਆਂ ਲੜਾਈਆਂ ਨੂੰ ਮਜ਼ਹਬ ਅਤੇ ਕੌਮਾਂ ਦੀਆਂ ਲੜਾਈਆਂ ਬਣਾ ਕੇ ਵੇਖਣ ਦੇ ਆਦੀ ਬਣਾ ਦਿੱਤੇ ਗਏ ਹਾਂ ਤਰੀਖ ਨੂੰ ਧਰਮ ਨਾਲ ਜੋੜਨ ਵਾਲੀ ਰੀਤ ਅੰਗਰੇਜ਼ ਕਲੋਨੀ ਗੀਰਾਂ ਨੇ ਮੁਕਾਮੀ ਲੋਕਾਂ ਵਿੱਚ ਇੱਕ ਦੂਜੇ ਤੋਂ ਨਫ਼ਰਤ ਪੈਦਾ ਕਰਕੇ ਹਕੂਮਤ ਕਰਨ ਲਈ ਪਾਈ ਸੀ ਜਿਹਨੂੰ ਅੱਜ ਜਾਣਨ ਅਤੇ ਸਮਝਣ ਦੀ ਲੋੜ ਹੈ ਜੇਕਰ ਅਸੀਂ ਤਰੀਖ ਨੂੰ ਸਹੀ ਤਰ੍ਹਾਂ ਜਾਣਨਾ ਚਾਹੁੰਦੇ ਹਾਂ ਤਾਂ ਸਾਨੂੰ ਅੰਗਰੇਜ਼ਾਂ ਦੀਆਂ ਪੁਆਈਆਂ ਹੋਈਆਂ ਐਨਕਾਂ ਲਾਹ ਕੇ ਇਹਨੂੰ ਵੇਖਣਾ ਪਵੇਗਾ ਤਾਂ ਹੀ ਅਸੀਂ ਆਪਣੇ ਗੁਜ਼ਰੇ ਅਤੇ ਆਉਣ ਵਾਲੇ ਕੱਲ੍ਹ ਬਾਰੇ ਠੀਕ ਜਾਣਕਾਰੀ
ਤੇ ਫੈਸਲੇ ਕਰਨ ਜੋਗੇ ਹੋ ਸਕਾਂਗੇ।